ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਵੈਲਕਮ ਕਰਦੇ ਹਾਂ ਭਿੰਡਰ ਡੇਅਰੀ ਫਾਰਮ ਵਿੱਚ। ਅਤੇ ਸਾਰੇ ਵੀਰਾਂ ਨੂੰ ਬੇਨਤੀ ਆ, ਸਾਡਾ ਚੈਨਲ ਸਬਸਕ੍ਰਾਈਬ ਕਰੋ। ਜਿਨ੍ਹਾਂ ਵੀਰਾਂ ਨੇ ਅਤੇ ਭੈਣਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ, ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਜਿਨ੍ਹਾਂ ਵੀਰਾਂ ਨੇ ਨਹੀਂ ਕੀਤਾ, ਅਤੇ ਉਹ ਸਾਰੇ ਵੀਰ ਅਤੇ ਭੈਣਾਂ ਸਬਸਕ੍ਰਾਈਬ ਕਰ ਲੈਣ, ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਅੱਜ ਆਪਾਂ ਪਹੁੰਚੇ ਹਾਂ ਪਿੰਡ ਭਿੰਡਰ ਵਿੱਚ, ਅਤੇ ਟੌਪ ਦੀਆਂ ਦੋ ਗਾਵਾਂ ਦਿਖਾਵਾਂਗੇ, ਤਾਜ਼ੀਆਂ ਸੂਈਆਂ ਹੋਈਆਂ। ਅਤੇ ਚਲੋ ਆਪਾਂ ਗੱਲ ਕਰਦੇ ਹਾਂ ਸੋਨੀ ਵੀਰ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਨੇ ਤੁਹਾਡਾ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਜੀ, ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਪਿੰਡ ਪਹੁੰਚਣ 'ਤੇ ਭਿੰਡਰ ਦੇ ਵਿੱਚ। ਧੰਨਵਾਦ ਵੀਰ ਜੀ। ਵੀਰ ਜੀ, ਆਪਣਾ ਨਾਂ ਅਤੇ ਆਪਣਾ ਪਿੰਡ ਅਤੇ ਨੰਬਰ ਬੋਲ ਦਿਓ ਜੀ। ਵੀਰੇ, ਮੇਰਾ ਨਾਂ ਸੋਨੀ ਆ ਅਤੇ ਪਿੰਡ ਭਿੰਡਰ ਆ। ਛੋਟੇ ਵੀਰ ਦਾ ਨਾਂ ਮੇਰਾ ਦਰਬਾਰਾ ਵਾ, ਪਿੰਡ ਦੇ ਵਿੱਚ ਸੋਨੀ ਅਤੇ ਦਰਬਾਰੇ ਦੇ ਨਾਂ ਤੋਂ ਮੰਨ ਲਓ ਵੀ ਚੱਲਦਾ ਵਾ ਜ਼ਿਆਦਾ ਨਾਂ। ਬੈਂਕ ਲਾਗੇ ਆਪਣਾ ਘਰ ਆ। ਠੀਕ ਹੈ। ਅਤੇ ਜ਼ਿਲ੍ਹਾ ਅੰਮ੍ਰਿਤਸਰ ਆ। ਠੀਕ ਹੈ ਵੀਰ ਜੀ। ਅਤੇ ਆਪਾਂ ਨੂੰ ਹਾਈਵੇ 2 ਕਿਲੋਮੀਟਰ ਹਟਵਾਂ ਪੈਂਦਾ ਵਾ, ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਾ ਵਾ। ਲਾਗੇ ਆਪਣੇ ਰਹੀਆ ਵੀ ਆ। ਠੀਕ ਹੈ ਵੀਰ ਜੀ, ਆਪਣਾ ਮੋਬਾਈਲ ਨੰਬਰ ਬੋਲ ਦਿਓ। 98156 47 87। ਠੀਕ ਹੈ ਜੀ। ਅਤੇ ਜਿੰਨੇ ਵੀਰ ਮੇਰੇ ਨੇ ਆਉਣਾ ਵਾ ਫੋਨ ਕਰਕੇ, ਅਤੇ ਵੀਰ ਮੇਰਿਆਂ ਨੂੰ ਇਹ ਬੇਨਤੀ ਆ ਵੀ ਕੋਈ ਵੀ ਜਿਹੜਾ ਤੁਰਦਾ ਵਾ, ਜੇ ਸਾਈ ਪਾ ਕੇ ਤੁਰੂਗਾ ਤੇ ਫੇਰ ਮੱਲੋ ਪਸ਼ੂ ਉਹਦੇ ਵਾਸਤੇ ਡੀਕਿਆ ਜਾਣਾ। ਠੀਕ ਹੈ ਜੀ, ਠੀਕ ਹੈ। ਸਾਈ ਤੋਂ ਬਿਨਾਂ ਨਹੀਂ, ਜੇ ਆਪਾਂ ਆਖੇ ਵੀ ਅਸੀਂ ਤੁਰਨ ਲੱਗੇ ਹਾਂ ਤੇ ਆਉਂਦਿਆਂ ਨੂੰ ਕਿਸੇ ਦੀ ਵੀ ਸਾਈ ਪੈ ਗਈ ਫੋਨ ਤੇ, ਉਸੇ ਵੀਰ ਦਾ ਡੰਗਰ ਹੋਊਗਾ। ਕਈ ਵੀਰ ਮੇਰੇ ਗੁੱਸਾ ਵੀ ਕਰਦੇ ਆ ਤੇ ਕਈ ਲਾਰਾ ਲਾ ਕੇ ਆਉਂਦੇ ਵੀ ਨਹੀਂ ਆ, ਕਿਉਂਕਿ ਕਈ ਵੀਰ ਮੇਰੇ ਕਹਿ ਦਿੰਦੇ ਵੀ ਅਸੀਂ ਤਾਂ ਤੁਹਾਨੂੰ ਕਿਹਾ ਸੀ। ਹਾਂਜੀ। ਤੇ ਕਈ ਵਾਰੀ ਮੁੜ ਕੇ ਜਾਂਦੇ ਆ, ਤੇ ਇਹ ਗੱਲ ਦਾ ਗੁੱਸਾ ਨਾ ਕਰਿਆ ਕਰੋ। ਜੇ ਤੁਹਾਨੂੰ ਡੰਗਰ ਪਸੰਦ ਆ, ਆਪਣੇ ਘਰਦਿਆਂ ਨੂੰ ਸਾਰਿਆਂ ਨੂੰ ਵਿਖਾ ਕੇ, ਕੋਈ ਵੀ ਆਪਣੇ ਘਰ ਦੇ ਵਿੱਚ ਮੰਮੀ ਨੂੰ ਜਾਂ ਡੈਡੀ ਨੂੰ ਜਿਹਦੀ ਵੀ ਰਾਏ ਲੈਂਦੇ ਆ ਤੁਸੀਂ, ਪਹਿਲਾਂ ਡੰਗਰ ਨੂੰ ਵਧੀਆ ਤਰ੍ਹਾਂ, ਕਿਉਂਕਿ ਵੀਡੀਓ 'ਚ ਡੰਗਰ ਆਪਾਂ ਵਿਖਾਇਆ ਹੁੰਦਾ ਜਿੱਦਾਂ ਦਾ ਹੁੰਦਾ। ਕਈ ਵੀਰ ਮੇਰੇ ਜਿੱਦ ਕਰਦੇ ਦੂਰੇ ਵੀਡੀਓ ਪਾਓ, ਉਹ ਆਪਾਂ ਚੈਨਲ 'ਤੇ ਵੀਡੀਓ ਵਿਰਜੀ ਪਾਉਣ ਡਏ ਹਾਂ, ਕੋਈ ਉੱਦਾਂ ਤਾਂ ਪਾਉਣ ਨਹੀਂ ਡਏ ਵੀ ਆਪਾਂ ਗਰੁੱਪ 'ਚ ਸੁੱਟਤੀ ਆ ਅਤੇ ਫਲਾਣਾ ਸਿੰਘ ਬੋਲਦਾ, ਆਪਾਂ ਤਾਂ ਆਪਣਾ ਐਡਰੈਸ ਪੂਰਾ ਦੱਸਦੇ ਹਾਂ ਨਾਲ। ਠੀਕ ਹੈ ਜੀ। ਹਾਂਜੀ ਵੀਰ ਜੀ, ਉਹਨਾਂ ਨੇ ਸਾਰਾ ਐਡਰੈਸ ਦਿੱਤਾ ਹੁੰਦਾ, ਅਤੇ ਆਪਣੀ ਤਸੱਲੀ ਨਾਲ ਦੋ ਡੰਗ ਚਵਾਈ ਕਰਕੇ ਆਪਣਾ ਸਾਰਿਆ ਕੁਝ ਦੇਖ ਜਾਚ ਕੇ ਅਤੇ ਫਿਰ ਡੰਗਰ ਖੜੋ ਜੀ। ਅਤੇ ਬਾਕੀ ਅੱਜ ਪੁੱਛਦੇ ਹਾਂ ਵੀਰ ਜੀ ਹੁਣਾਂ ਨੂੰ ਕਿ ਕੀ ਮੁੱਲ ਆ ਅਤੇ ਕਿਹੜਾ ਹਿਸਾਬ ਆ, ਕਿੰਨਾ ਦੁੱਧ ਆ ਅਤੇ ਕਰਦੇ ਹਾਂ ਜੀ। ਮੇਰੀ ਇਹ ਆ ਵੀ ਬੇਨਤੀ ਆ ਸਾਰਿਆਂ ਅੱਗੇ, ਕੋਈ ਵੀ ਆ ਕਿਤੇ ਵੀ ਆਪਣਾ ਆਪਣੇ ਕੋਲ ਡੰਗਰ ਲੈਂਦਾ, ਕਿਤੋਂ ਵੀ ਲੈਂਦਾ, ਚੋ ਕੇ ਦੋ ਟਾਈਮ ਚਵਾਈ ਕਰਕੇ, ਕਿਉਂਕਿ ਇੱਕ ਤੁਹਾਨੂੰ ਵੀ ਪਤਾ ਔਨਲਾਈਨ ਦਾ ਜ਼ਮਾਨਾ ਚੱਲਣ ਡਿਆ ਵਾ। ਔਨਲਾਈਨ 'ਚ ਸਾਰਾ ਕੁਛ ਮਤਲਬ ਚੰਗਾ ਵੀ ਹੈ ਅਤੇ ਮਾੜਾ ਵੀ ਹੈ। ਆਪਾਂ ਨਹੀਂ ਚਾਹੁੰਦੇ ਵੀ ਕਿਸੇ ਨਾਲ ਧੋਖਾ ਧੜੀ ਹੋਵੇ, ਅਤੇ ਇਸ ਕਰਕੇ ਆਪਣੀਆਂ ਵੀ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਮੇਰੇ 'ਤੇ ਵੀ ਯਕੀਨ ਕਰੋ, ਤੁਸੀਂ ਮੇਰੇ ਘਰ ਆਓ, ਦੋ ਟਾਈਮ ਚਵਾਈ ਕਰੋ। ਨਹੀਂ ਵੀ ਆ ਸਕਦੇ ਤਾਂ ਵੀਡੀਓ ਕਾਲ 'ਤੇ ਤੁਸੀਂ ਚਵਾਓ ਡੰਗਰ, ਸਾਈ ਪਾ ਕੇ। ਸਾਈ ਤੋਂ ਬਿਨਾਂ ਨਹੀਂ ਡੰਗਰ ਚਵਾਇਆ ਜਾਊਗਾ। ਜੇ ਆਖੇ ਵੀ ਕੋਈ ਵੀਰ ਮੇਰਾ ਸਾਈ ਤੋਂ ਬਿਨਾਂ ਡੰਗਰ ਚਵਾ ਲਏ, ਤਾਂ ਉਹ ਨਹੀਂ ਚਵਾਇਆ ਜਾਊਗਾ। ਕਿਤੋਂ ਵੀ ਲੈਂਦੇ ਹਾਂ, ਮੇਰੇ ਕੋਲ ਲੈਂਦੇ ਹਾਂ, ਆਪਣੇ ਦੋ ਟਾਈਮ ਦੀ ਚਵਾਈ ਕਰਕੇ ਖੜੋ। ਇਹ ਆ ਵੀ ਹੁਣ ਤੁਹਾਡੀ ਵੀਰੇ ਤੁਹਾਡੀ ਆਵਾਜ਼ 'ਤੇ ਵੀ ਲੋਕ ਮੰਨ ਲਓ ਵੀ ਇੱਕ ਯਕੀਨ ਕਰਦੇ ਆ, ਅਤੇ ਕਈ ਚਿਹਰੇ ਇਹੋ ਜਿਹੇ ਆ ਵੀ ਜਿਨ੍ਹਾਂ 'ਤੇ ਅੱਖਾਂ ਮੀਟ ਕੇ ਕਈ ਯਕੀਨ ਕਰਦੇ ਆ। ਕੁਛ ਬੰਦੇ ਹੈ ਵਿੱਚ ਵੀ ਜਿਹੜੇ ਬਦਨਾਮ ਕਰਦੇ ਆ ਜਾਂ ਕੁਛ ਵੀ ਆ ਲਾ ਲਓ, ਆਪਣਾ ਯਕੀਨ ਕਰਕੇ ਜੋ ਵੀ ਆ ਤਸੱਲੀ ਕਰਕੇ ਦੋ ਟਾਈਮ, ਇਹੋ ਬੇਨਤੀ ਆ ਮੇਰੀਆਂ। ਮੇਰੇ ਕੋਲ ਵੀ ਖੜਨਾ ਵਾ, ਦੋ ਟਾਈਮ ਦੀ ਚਵਾਈ ਕਰਕੇ ਆਪਣਾ ਸਾਰਾ ਕੁਛ ਤਸੱਲੀ ਨਾਲ। ਠੀਕ ਆ। ਅਤੇ ਸਭ ਤੋਂ ਪਹਿਲਾਂ ਚਲੋ ਵੀਰ ਜੀ, ਆਪਾਂ ਆਹ ਪਹਿਲੀ ਵੈੜ ਦਿਖਾਉਂਦੇ ਹਾਂ। ਸੋਹਣਾ ਥਣ ਲੇਵਾ ਇਹਦਾ, ਚੰਗੀ ਸੋਹਣੀ ਵੈੜ ਆ, ਅਤੇ ਥਣ ਵੀ ਚੰਗਾ। ਦੇਖੋ ਜੀ, ਬਹੁਤ ਥਣ ਵੀ ਚੰਗਾ ਲੱਗਾ। ਦੇਖੋ ਇੱਦਾਂ ਹੀ ਜਿੱਦਾਂ ਮਰਜ਼ੀ ਬਹਿ ਜਾਓ ਜੀ, ਕੋਈ ਪਰਵਾਹ ਹੀ ਨਹੀਂ ਆ ਮੱਛੀ ਨੂੰ। ਹੈ ਨਹੀਂ, ਥਣ ਬਹੁਤ ਵਧੀਆ, ਥਣ ਤਾਂ ਮੱਝਾਂ ਵਾਲਾ ਲੱਗਾ ਵਾ ਤੈਨੂੰ। ਹਾਂਜੀ ਹਾਂਜੀ, ਥਣ ਸੋਹਣਾ ਲੱਗਾ। ਅਤੇ ਬਾਕੀ ਵੀਰ ਜੀ, ਇਹ ਕਿਨਵੇਂ ਸੂਹੇ ਆ? ਇਹ ਜੀ ਦੂਜੇ ਸੂਹੇ ਆ। ਠੀਕ। ਬਾਕੀ ਵੀਰ ਮੇਰਾ ਕੋਈ ਵੀ ਸਮਝ ਨਾ ਲਵੇ, ਸਾਈ ਜਿੱਦਾਂ ਲਿਆਂਦੀ ਅਗਲੇ ਨੇ ਕਿਹਾ ਦੂਜੇ ਆ, ਤੇ ਅਸੀਂ ਚਲੋ ਅਸੀਂ ਵੀ ਯਕੀਨ ਕਰਕੇ ਅਗਲੇ ਤੇ ਲਿਆਂਦੀ ਆ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਵੀਰ ਜੀ? ਸੂਈ ਨੂੰ ਅੱਜ ਵੀਰੇ ਤੀਜੇ ਤੋਂ ਚੌਥਾ ਦਿਨ ਆ, ਆਪਾਂ ਵੀ ਲਿਆਂਦੀ ਆ, ਚੌਥਾ ਦਿਨ ਹੀ ਆ, ਬੱਚਾ ਨਾੜੂ ਤੇ ਆ ਜੀ। ਠੀਕ ਹੈ ਜੀ। ਵੱਛਾ ਵਾ ਵਿਸ਼ੇ ਜੀ, ਨਾੜੂ ਤੇ ਬੱਚਾ ਜੀ, ਤੇ ਬਹੁਤ ਸੋਹਣੀ ਵੈੜ ਆ। ਤੇ ਬਾਕੀ ਵੀਰ ਜੀ, ਖੋਲ ਕੇ ਦਿਖਾਓ। ਤਾਂ ਦੁੱਧ ਦੁੱਧ ਕਿੰਨਾ ਕਰੂ ਵੀਰ ਜੀ? ਦੁੱਧ ਵੀਰੇ ਇਸ ਟਾਈਮ 10 ਕੁ ਲੀਟਰ ਆ ਗਏ ਥੱਲੇ। ਠੀਕ। ਦੁੱਧ ਬਾਕੀ ਲੇਵੇ ਤੋਂ ਹਿਸਾਬ ਲਾ ਲੇ, ਬਾਕੀ ਦੁੱਧ ਹੁੰਦਾ ਵੀਰੇ ਸਾਂਭਤੇ। ਥਾਣ ਬਹੁਤ ਸੋਹਣਾ ਲੱਗਾ, ਤੇ ਵਾਨਾ ਵੀ ਬਹੁਤ ਸੋਹਣਾ ਵਾ, ਨੋਰਮਲ ਹਾਈਟ ਦੀ ਵੈੜ ਆ, ਚੰਗੀ ਸੋਹਣੀ ਆ ਜੀ। ਵੱਛੇ ਦਾ ਤੇ ਕਰਦੀ ਥੋੜਾ ਜਿਹਾ।
वेखो जी वीर जी किन्ना क दुध चवाऊगी वीर इस टाइम ते मतलब दस क लीटर है आ सज्जन मित्र ने फोन किया वीर ने कहता पिछले सूहे 18 लीटर दुध चवाया अच्छा जी ते ऐतक 10 लीटर चवाउण दी आ मैं वीर नूं इहो गल कही पूरी बाकी वीरे मेरी ए बेनती है डंगर लै लिया जा महंगा लै लिया जा कुछ भी मेरा ए नहीं हुंदा भी आपां वेच देना वा सस्ता वेच देना वा ਸਾਡੀਆਂ ਨਹੀਂ ਮੱਲੋ ਜੇ ਮੱਲੋ ਸਾਨੂੰ ਨਹੀਂ ਪੁੱਗਦਾ ਤੇ ਕੋਈ ਚੱਕਰ ਨਹੀਂ ਹੁੰਦਾ ਅਸੀਂ ਘਰੇ ਵੀ ਚੋ ਲੈਂਦੇ ਹਾਂ ਤੇ ਆਪਾਂ ਡੰਗਰ ਲਿਆਉਣਾ ਘਰ ਚੋਣ ਵਾਸਤੇ ਹੀ ਆ ਇਹ ਨਹੀਂ ਆ ਵੀ ਸੋਚਿਆ ਵੀ ਇਹਦੇ ਨੁਕਸਾ ਜਾਂ ਕੁਛ ਵੀ ਆ ਆਪਾਂ ਘਰ ਆਪਣੇ ਚੋਣਾ ਵਾ ਡੰਗਰ ਤੇ ਫੇਰ ਜਾ ਕੇ ਮੱਲੋ ਵੀ ਅਗਲੇ ਨੂੰ ਦੇਣਾ ਵਾ ਆਪਣੇ ਤਸੱਲੀ ਤੇ ਹਾਂ ਇਹ ਆ ਵੀ ਮੇਰੇ ਅੱਖਾਂ ਚ ਵੀ ਨਾ ਹੋਵੇ ਕਿਉਂ ਮੈਂ ਹੋ ਗਿਆ ਇੱਕ ਮੇਰਾ ਛੋਟਾ ਵੀਰ ਆ ਇੱਕ ਮੇਰਾ ਲਾਲੀ ਵੀਰ ਆ ਇਹ ਤਿੰਨਾਂ ਦੇ ਜਿੱਦਾਂ ਨੀ ਕੋਈ ਚੀਜ਼ ਸਕੈਨਿੰਗ ਕਰਦੇ ਆ ਇਹ ਤਿੰਨਾਂ ਦੇ ਹੱਥਾਂ ਦੇ ਵਿੱਚ ਆਉਂਦੀ ਨਾ ਸਕੈਨਿੰਗ ਹੋ ਕੇ ਜੇ ਸਾਡੇ ਸਕੈਨਿੰਗ ਹੋਈ ਪਾਸ ਹੋ ਗਈ ਤੇ ਫੇਰ ਜਾਣੀ ਆ ਕਿਸੇ ਦੇ ਘਰ ਜੇ ਸਕੈਨਿੰਗ ਸਾਡੀ ਤੇ ਫੇਰ ਵੀਰ ਜੀ ਸਾਡੇ ਘਰੇ ਤੇ ਜੇ ਨੁਕਸ ਨਿਕਲ ਆਇਆ ਕੋਈ ਤੇ ਵੀਰਾਂ ਨੂੰ ਦੱਸ ਕੇ ਦਵਾਂਗੇ ਤੁਹਾਡੀ ਬਹੁਤ ਵਧੀਆ ਗੱਲ ਆ ਕਿ ਜੋ ਵੀ ਤੁਸੀਂ ਦੱਸ ਕੇ ਦਿੰਨੇ ਆ ਚੀਜ਼ ਇਹਦੇ ਨਾਲ ਵਧੀਆ ਵਾ ਚੰਗੀ ਗੱਲ ਆ ਸਾਰਾ ਕੁਝ ਜੋ ਵੀ ਹੁੰਦਾ ਨਾ ਦੱਸ ਕੇ ਦੇਣਾ ਚਾਹੀਦਾ ਵਾ ਕੋਈ ਨੁਕਸ ਵੀ ਆ ਜਾਂ ਜਿੱਦਾਂ ਦਾ ਵੀ ਡੰਗਰ ਕਿਉਂਕਿ ਵੀਰੇ ਮੇਰਾ ਇੱਕ ਗੱਲ ਹੋਰ ਆ ਜੇ ਆਪਾਂ ਕਿਤੋਂ ਵੀ ਨੁਕਸ ਵਾਲਾ ਡੰਗਰ ਲੈਣੇ ਨਾ ਆਪਾਂ ਨੂੰ ਸਸਤਾ ਮਿਲਿਆ ਹੁੰਦਾ ਵਾ ਹਾਂਜੀ ਇਹਦੀ ਗੱਲ ਹੈ ਨਾ ਜੋ ਸਸਤਾ ਮਿਲਿਆ ਤਾਂ ਆਪਾਂ ਗਾਂ ਵੀ ਦੱਸ ਕੇ ਸਸਤਾ ਹੀ ਦੇਣਾ ਵਾ ਇਹ ਨਹੀਂ ਉਹਦੇ ਚੋਂ ਕਮਾਈ ਕਰ ਲੈਣੀ ਆਖਣਾ ਵੀ ਕੋਈ ਵੀਰ ਮੇਰੇ ਹੁੰਦੇ ਡਰ ਜਾਂਦੇ ਆ ਵੀ ਸਾਨੂੰ ਸਸਤਾ ਮਿਲਿਆ ਵਾ ਜਾਂ ਅਸੀਂ ਗਾਂ ਸਸਤਾ ਦੇ ਦਈਏ ਕਈ ਨੇ ਵਪਾਰੀ ਕੋ ਗਏ ਜਾਂਦਾ ਤੇ ਸਾਨੂੰ ਦੇ ਜਾਂਦੇ ਆ ਠੀਕ ਹੈ ਜੀ ਜੇ ਸਾਨੂੰ ਸਸਤਾ ਮਿਲਿਆ ਤੇ ਅਸੀਂ ਵੀ ਸਸਤਾ ਹੀ ਗਾਂ ਦੇਣਾ ਤੇ ਦੱਸ ਕੇ ਦੇਣਾ ਵੀਰੇ ਤੇ ਵੀਰ ਜੀ ਇਹਦਾ ਮੁੱਲ ਕੀ ਆ ਮੁੱਲ ਵੀਰੇ ਇਹਦਾ ਵਾ ਜੇ ਤੇ ਇਸ ਟਾਈਮ ਆ ਹਾਂਜੀ ਮੰਨ ਲਓ ਇੰਨੇ ਦੁੱਧ ਤੇ ਆ ਤੇ ਫੇਰ ਮੁੱਲ ਆ 34000 ਰੁਪਈਆ ਠੀਕ ਹੈ 34000 ਤੇ 34000 ਚ ਮਾਨਤਾਨ ਕਰੋਗੇ 34000 ਚੋਂ 1000 ਮਾਨ ਕਰਦਾਂਗੇ ਤੇ ਵੀਰ ਮੇਰੇ ਜਿੱਦਣਾ ਕਰਿਆ ਕਰਨ ਠੰਡ ਵੜੀ ਆ ਤੇ ਫਿਰ ਤੁਰ ਕੇ ਡੰਗਰ ਲੱਭੀਦਾ ਵਾ ਪਤਾ ਸਾਰਿਆਂ ਨੂੰ ਹੀ ਆ ਠੀਕ ਹੈ ਜੀ ਤੇ ਠੀਕ ਆ ਵੀਰ ਜੀ ਇਹ 33000 ਦੀ ਵੈਟ ਦੇਣਗੇ ਇਸ ਟਾਈਮ ਦੱਸਦੇ ਆ ਕਿ 10 ਲੀਟਰ ਦੁੱਧ ਆ ਜੀ ਤੇ ਨਾੜੂ ਤੇ ਬੱਚਾ ਵਾ ਤੇ ਬਾਕੀ ਦੂਜੀ ਵੈਟ ਬਾਰੇ ਆਪਾਂ ਪੁੱਛਦੇ ਆ ਵੀਰ ਜੀ ਹੁਣਾਂ ਨੂੰ ਜਰਸੀ ਤੇ ਵੀਰ ਜੀ ਇਹਦਾ ਦੱਸੋ ਫੇਰ ਦੁੱਧ ਕਿੰਨਾ ਗਾ ਇਹਦਾ ਦੁੱਧ 8 ਲੀਟਰ ਆ ਜੀ ਜਿਹੜਾ ਇਸ ਟਾਈਮ ਹੈਗਾ ਆਪਾਂ ਉਹ ਦੱਸਣਾ ਵਾ ਹਾਂਜੀ ਵੀ ਆਪਾਂ ਇਹਦੀ ਵਿਖਾਵਾ ਜੇ ਆਪਾਂ ਕਹਿ ਦਈਏ ਨਾ ਜਿੰਨਾ ਵਿਖਾਵਾ ਵਿਖਾਵਾ ਤੇ ਇਸ ਟਾਈਮ 15 ਲੀਟਰ ਦਾ ਕਰੀ ਜਾਂਦੀ ਆ ਜਿੰਨਾ ਵੇਖੋ ਚੱਡਾ ਉਹਨਾਂ ਹੀ ਮਤਲਬ ਗਾਂ ਨੂੰ ਆ ਤੇ ਉਹਨਾਂ ਹੀ ਪਿੱਛੇ ਨੂੰ ਆ ਜੀ 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 ਤੇ ਬਾਕੀ ਕਿੰਨੇ ਦਿਨ ਹੋਏ ਸੂਈ ਨੂੰ ਵੀਰ ਜੀ ਸੂਈ ਨੂੰ ਇਹਨੂੰ ਚੌਥਾ ਪੰਜਵਾਂ ਦਿਨ ਹੀ ਆ ਜੀ ਠੀਕ ਆ ਇਹ ਆ ਵੀ ਠੰਡੀ ਠੁੰਡੀ ਆ ਥੋੜੀ ਡਰਦੀ ਆ ਸੋਹਣੀ ਵੈੜ ਆ ਜੀ ਇਹ ਆ ਵੀ ਕੋਈ ਚੱਕਰ ਨਹੀਂ ਵੇਖੋ ਜਿੱਦਾਂ ਮਰਜ਼ੀ ਵਾਹ ਬਹੁਤ ਸੋਹਣਾ ਜਿੰਨਾ ਗਾਂ ਨੂੰ ਉਹਨਾਂ ਪਛਾਣ ਨੂੰ ਕੋਈ ਗੱਲ ਹੀ ਨਹੀਂ ਆ ਵੈੜ ਠੰਡੀ ਤੇਰੀ ਵੈੜ ਆ ਵੀ ਥੋੜਾ ਜਿਹਾ ਡਰਦੀ ਆ ਵੀਰੇ ਠੀਕ ਆ ਜੀ ਤੇ ਆ ਇਹਦਾ ਵਛਾ ਵਾ ਅੱਛਾ ਜੀ ਆ ਵਛਾ ਵਾ ਵਛਾ ਵੀ ਨਾੜੂ ਤੇ ਆ ਵੇਖ ਲਓ ਜੀ ਅੱਛਾ ਬਹੁਤ ਸੋਹਣਾ ਜੀ ਆ ਨਾੜੂ ਤੇ ਆ ਜੀ ਠੀਕ ਆ ਜੀ ਤੇ ਬਾਕੀ ਵੀਰ ਜੀ ਇਹਦੇ ਬਾਰੇ ਦੱਸੋ ਫੇ ਕੀ ਕਰਦੇ ਆ ਮੁੱਲ ਇਹਦਾ ਜੀ ਦੂਸਰਾ ਸੂਗਾ ਵਾ ਹਾਂਜੀ ਇਹਦਾ ਵੀ ਦੁੱਧ ਐ ਟਾਈਮ 8 ਲੀਟਰ ਆ ਆਪਾਂ 15 ਕਰਜੇ ਇਹ ਕਰਜੇ 12 ਹਾਂਜੀ ਇਹ ਅਗਲੇ ਦੀ ਕਿਸਮਤ ਆ ਜੇ ਤੇ ਪੱਠਾ ਵੰਡ ਪਊਗਾ ਤੇ 15 ਚੋ ਹੀ ਜਾਵੇ ਨਹੀਂ ਤੇ ਜੇ 8 ਆ ਤੇ 6 ਤੇ ਵਿਰਾਏ ਨਹੀਂ ਆ ਜੇ ਪੱਠੇ ਨਾ ਪਊਗਾ ਆਪਾਂ ਘਰ ਕਾੜ ਕੇ ਬੰਨ ਦਿੰਨੇ ਆ ਜੀ 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 ਤੇ ਇਹੋ ਆ ਬਾਕੀ ਆ ਵੀ ਤੁਸੀਂ ਵੀ ਦੱਸ ਦਿਆ ਕਰੋ ਬੰਦਿਆਂ ਨੂੰ ਕਈ ਨੇ ਇਹ ਆ ਵੀ ਸਾਨੂੰ ਫੋਨ ਆਉਣਾ ਵਾ ਫਿਰ ਗੱਲ ਮਤਲਬ ਕੁਛ ਵੀ ਆ ਫਿਰ ਤੁਹਾਨੂੰ ਵੀ ਆਉਣਾ ਵਾ ਹਾਂਜੀ ਵੀਰ ਜੀ ਤੇ ਕਰਕੇ ਇਹ ਗੱਲਾਂ ਆਪਣੀਆਂ ਸਾਰੀਆਂ ਦੱਸ ਦਿਆ ਕਰੋ ਤੇ ਬਾਕੀ ਇਹਨੂੰ ਖੋਲ ਕੇ ਦਿਖਾਈਏ ਮੜਾ ਹਾਂਜੀ ਇਹ ਦੂਜੇ ਸੂਏ ਆ ਜੀ ਵੀਰੇ ਠੀਕ ਆ ਦੂਜੇ ਸੂਏ ਤੇ ਦੰਦ ਦੁੰਦ ਕਿੱਦਾਂ ਭਾਜੀ ਇਹਦੇ ਦੰਦ ਦੁੰਦ ਆ ਵਧੀਆ ਜੀ ਕੋਈ ਗੱਲ ਹੀ ਨਹੀਂ ਆਪਣਾ ਚੈੱਕ ਕਰੇ ਜੀ ਠੀਕ ਆ ਤੋੜ ਕੇ ਦਿਖਾ ਬਾਕੀ ਥੋੜੀ ਜੀ ਡਰਦੀ ਆ ਆ ਦੇਖੋ ਸੋਹਣਾ ਵਾਨਾ ਜੀ ਤੇ ਵੀਰ ਜੀ ਕਹਿੰਦੇ ਆ ਕਿ 15 ਲੀਟਰ ਦੁੱਧ ਚ ਵਾਜੂਗੀ ਜੇ ਕੋਈ ਸਾਂਭ ਕਰੇ ਤੇ ਤਾਂ ਆਪਣਾ ਕੋਈ ਵੀ ਵੀਰ ਆਵੇ ਚੈੱਕ ਕਰਕੇ ਤੇ ਚੰਗੀ ਤਰ੍ਹਾਂ ਦੁੱਧ ਵੇਖ ਕੇ ਖੜੇ ਜੀ ਦੇਖੋ ਇਹ ਥਣ ਤੋਂ ਦੇਖੋ
ਥੋੜੀ ਜਿਹੀ ਡਰਦੀ ਆ ਸਾਡੇ ਤੋਂ। ਬਾਕੀ ਵੀਰ ਜੀ ਕਿੱਦਾਂ ਇਹਦਾ ਮੁੱਲ ਕਿੰਨਾ ਰੱਖਿਆ ਜੀ? ਮੁੱਲ ਇਹਦਾ ਵੀਰੇ ਮਤਲਬ ਇਸ ਟਾਈਮ ਜਿਹੜਾ ਮੁੱਲ ਆ ਠੀਕ ਆ 30000 ਰੁਪਈਆ ਵਾ। ਹਾਂਜੀ ਤੇ ਬਾਕੀ ਇਹ ਜਿਹੜਾ ਵੀਰ ਆਵੇ ਉਹਦਾ ਮਾਣ ਤਾਣ ਹੋਊਗਾ। 30 ਚੋਂ ਮਾਣ ਕਿੰਨਾ ਕਰੋਗੇ ਜੀ? 30 ਚੋਂ 1000 ਰੁਪਈਆ ਛੱਡਾਂਗੇ ਜੀ, ਉਹਦੇ ਚੋਂ ਛੋੜ ਹੀ ਹੋਣੀ ਆ। ਜੋੜਾ ਖੜਦਾ ਵਾ ਤੇ 61000 ਦਾ ਦੇ ਦਾਂਗੇ। ਠੀਕ, 61000 ਦਾ ਵੀਰ ਜੀ ਕਹਿੰਦੇ ਜੋੜਾ। ਤੇ ਵੀਰ ਜੀ ਜੇ 61000 ਚੋਂ ਹੋਰ ਕਰੋਗੇ ਮਾਣਦਾਨ ਥੋੜਾ ਬਹੁਤ? 61000 ਚੋਂ ਭਾਜੀ ਮੰਨ ਲਓ ਮੈਂ ਤੇ ਰੇਟ ਹੀ ਉਹ ਦੱਸਦੇ ਆ, ਸੱਜਰਾਂ ਗਾਵਾਂ ਵਾ, ਇਹ ਨਹੀਂ ਆ ਵੀ ਮੰਨ ਲਓ ਵੀ ਅਜੇ ਤਾਜ਼ੀਆਂ ਵਾ। ਠੀਕ, ਵੇਖ ਲਓ ਥੋੜਾ ਬੋਦਾ ਜਿੰਨਾ ਕਰ ਸਕਦੇ। ਤੁਹਾਡਾ ਵੀਰੇ ਤੁਸੀਂ ਕਹਿ ਦਿਓ ਆਪਣਾ ਮੁੱਲ, ਤੁਸੀਂ ਦੱਸ ਦਿਓ। ਨਹੀਂ ਮੈਂ ਨਹੀਂ ਦੱਸਣਾ, ਤੁਸੀਂ ਦੱਸੋ। 500 ਰੁਪਇਆ ਛੋੜ ਹੋਊਗੀ ਜੀ। ਠੀਕ ਹੈ ਜੀ, 60500 ਦੀਆਂ ਦੋ। ਹਾਂਜੀ 60500। ਜੇ ਕਿਸੇ ਨੇ ਜੋੜਾ ਖੜਨਾ ਹੋਵੇ 60500 ਦਾ, ਤੇ ਬਾਕੀ ਕੋਈ ਵੀ ਵੀਰ ਆਵੇ ਆਪਣੀ ਤਸੱਲੀ ਕਰਕੇ ਤੇ ਦੋ ਟਾਈਮ ਚਵਾਈ ਕਰਕੇ ਖੜੇ ਜੀ। ਤੇ ਸਾਰੇ ਵੀਰ ਵੀਡੀਓ ਨੂੰ ਪੂਰਾ ਵੇਖੋ ਤੇ ਸ਼ੇਅਰ ਕਰੋ ਤੇ ਕਮੈਂਟ ਕਰੋ। ਧੰਨਵਾਦ ਜੀ।